ਹਾਂਜੀ ਸਾਰਿਆਂ ਨੂੰ ਨਮਸਤੇ ਆਪਣੇ ਮਚਲੀ YouTube ਚੈਨਲ ਇਸ ਤੋਂ ਹਾਂ ਦਾ ਸਵਾਗਤ ਹੈ ਅੱਜ ਦੀ ਮੇਰੀ ਰੈਸਪੀ ਹੈ ਸੇਪੂ ਬੜੀਆਂ ਜਿਨ੍ਹਾਂ ਜੋ ਮਗੰਦ ਬੜੀ ਵੀ ਬੋਲਦੇ ਕਿ ਅੱਜ ਮੈਂ ਘਰੇ ਲਾਈਆਂ ਬਣਾਣਾ ਕਿ ਤੁਹਾਂ ਦੇਖੀ ਸਕਦੇ ਕਿ ਕਿੰਨੀ ਵਧੀਆ ਬਣੀਆਂ ਨੇ ਇਹ ਦੇਖ ਕਨੇ ਮਸਾਲੇ ਵਾਲੀਆਂ ਬਣਾਈਆਂ ਨੇ ਕਨੇ ਮਚਲੀ ਦਾ ਮਾਂ ਦੀ ਇਹ ਫੇਵਰਟ ਸਾਰਿਆਂ ਦੀ ਰੈਸਪੀ ਰਹਿੰਦੀ ਮਧਰਾ ਸੇਪੂ ਬੜੀਆਂ ਦਾ ਮਧਰਾ ਜਿਹੜਾ ਐਸਾ ਬੜਾ ਸਵਾਦ ਲੱਗਦਾ ਖਾਣੇ ਨੂੰ ਬੱਤੇ ਕਨੇ ਤਾਂ ਮਜ਼ਾ ਆ ਜਾਂਦਾ ਖਾਣੇ ਦਾ ਕਨੇ ਦੇ ਸੇਪੂ ਬੜੀਆਂ ਨੇ ਬਣਾਉਣਾ ਵੀ ਆਪੋ ਘਰੇ ਬੜੀਆਂ ਆ ਆਸਾਨ ਹਨ ਥੋੜੀ ਜਿਹੀ ਮਿਹਨਤ ਤਾਂ ਲੱਗਦੀ ਪਰ ਬਈ ਬੜੀ ਵਧੀਆ ਬਣਦੀਆਂ ਤਾਂ ਚਲਾ ਦਿਖਦੇ ਕਿ ਅੱਜ ਮੈਂ ਸੇਪੂ ਬੜੀਆਂ ਬਣਾਈਆਂ ਨ ਪੂਰੀ ਪ੍ਰੋਸੈਸ ਕਨੇ ਬਣਾਉਣੇ ਦੀ ਸਾਰੀ ਸਮਗਰੀ ਤੇ ਦੇਖਾ ਸੇਪੂ ਬੜੀ ਬਣਾਉਣੇ ਤੇ ਆ ਰਾਤ ਪਰ ਮੈਂ ਮਾਂ ਦੀ ਦਾਲ ਜਿਹੜੀ ਹੈ ਸੇੜੀ ਕਿ ਰੱਖੀ ਤੀ ਬਿਨਾ ਛਿਲਕੇ ਆਲੀ ਤਾਂ ਉਹ ਛਿਲਕੇ ਆਲੀ ਵੀ ਲੈ ਸਕਦੇ ਕਨੇ ਬੜੀ ਕਿ ਇਹ ਫੁੱਲੀ ਹੋਇਆ ਤਾਂ ਹੁਣ ਇਹ ਪੀਣੀ ਹੈ ਤਾਂ ਮੰਜਲ ਦੀ ਨਿਊ ਮਿਕਸਰ ਗ੍ਰਾਈਂਡਰ ਐਸ.ਟੀ.ਪੀ ਲੈਣੀ ਤਾਂ ਹਾਂ ਕਰ ਸਿਲਬੱਤੇ ਚ ਪੀਸ ਸਕਦੇ ਤੇ ਇਸ ਚ ਪੀਸ ਸਕਦੇ ਕਹਿੰਨਾ ਇਹ ਰੱਖਾ ਕੋਸ਼ਿਸ਼ ਕਰਨਾ ਕਿ ਘੱਟ ਦੇ ਘੱਟ ਪਾਣੀ ਪਾਣਾ ਕਹਿੰਨਾ ਦਾਲ ਵਧੀਆ ਕੀ ਪੀ ਲੈਣੀ ਹੈ ਕਹਿੰਨਾ ਅੱਜ ਮੈਂ ਸੱਪੂ ਬੜੀਆਂ ਜਿਹੜੀਆਂ ਸੁਆ ਮਸਾਲੇ ਵਾਲੀਆਂ ਲਾਈਆਂ ਬਣਾਉਣਾ ਤਾਂ ਤਿਸ ਦੀਆਂ ਦੇਖਾ ਦੋ ਚਮਚ ਸਾਬਤ ਬੀਣ ਲਿਆ ਦੋ ਕੀ ਟੁਕੜੇ ਦਾਲ ਚੀਨੀ ਦੇ ਨਾਲ ਇੱਕ ਵੱਡੀ ਇਲਾਇਚੀ ਹੈ ਕਹਿੰਨਾ 15 ਤੇ 20 ਦਾਣੇ ਕਾਲੀ ਮਿਰਚਾਂ ਦੇ ਨਾਲ ਇੱਕ ਚਮਚ ਜੀਰੇ ਦਾ ਹੈ ਕੰਨ ਹੈ ਅੱਧਾ ਚਮਚੀ ینګ ਪਾਣਾ ਹੈ 1 ਚਮਚ ਲੂਣ ਹੈ ਅੱਧਾ ਚਮਚ ਅਲਦੀ ਪਾਊਡਰ ਹੈ 1 ਚਮਚ ਚਿਲੀ ਫਲੈਕਸ ਹੈ ਤਾਂ ਤੋਂ ਹਮ ਮਸਾਲ ਆਪਣੇ ਸਵਾਦ ਸਬੇ ਘੱਟ ਵੱਧ ਕਰੀ ਸਕਦੇ ਤੋਂ ਹਿਸਾਬ ਤੋਂ ਮਸਾਲੇ ਦਰਦਰੇ ਪੀ ਲੈਣੇ ਨੇ ਕੰਨ ਜੀਆਂ ਬੀਣ ਹੈ ਜੀਰਾ ਹੈ ਸੇ ਥੋੜਾ ਥੋੜਾ ਭੁੰਨੀ ਲਿਆਤਾ ਤੇ ਇਸਨੇ ਬਧੀਆ ਸਵਾਦ ਵੀ ਆ ਜਾਂਦਾ ਕੰਨ ਬਧੀਆ ਪਿਓਏ ਵੀ ਜਾਂਦਾ ਤੇ ਦੇਖਾ ਸਾਰੀਆਂ ਚੀਜ਼ਾਂ ਪਾਈ ਤੀਆਂ ਕੰਨ ਬਧੀਆ ਕੀਏ ਮਸਾਲੇ ਜਿਹੜੇ ਇਸ ਪੀ ਲੈਣੇ ਹਨ ਤੇ ਦੇਖਾ ਦਾਲ ਬਧੀਆ ਕੀ ਪੀ ਲਈਏ ਤੋਂ ਹਾਂ ਦੇਖੀ ਸਕਦੇ ਹਨ ਕਿਤਨੇ ਵਧੀਆ ਪੀ ਹੋਈ ਹੈ ਦਾਲ ਕਹਿੰਦਾ ਬੜਾ ਘੱਟ ਪਾਣੀ ਪਾਈਗੀ ਮੈਂ ਦਾਲ ਪੀਤੀ ਹੈ ਤਾਂ ਹੁਣ ਇਸ ਤੇ ਦੇਖਾ ਜਿਹੜੇ ਮਸਾਲੇ ਹਾਂ ਮਿਕਸ ਗ੍ਰੈਂਡ ਦੇ ਚ ਦਰਦਰੇ ਪੀ ਲੈਣ ਸੈਂ ਪਾਈ ਇਹਨੇ ਨਿਸ਼ਚ ਤੇ ਖਲਦੀ ਵੀ ਪਾਈਤੀ ਹੈ ਕਹਿੰਦਾ ਹੀਂਗ ਚਿਲੀ ਫਲੈਕਸ ਕਹਿੰਦਾ ਬਧੀ ਕੇ ਸਾਰੇ ਮਸਾਲੇ ਜਿਹੜੇ ਇਸ ਮਿਕਸ ਕਰ ਲੈਣ ਨਾ ਕਹਿੰਦਾ ਤੁਹਾਂ ਟੇਸਟ ਵੀ ਕਰੀ ਸਕਦੇ ਜੇ ਥੋੜਾ ਤੁਹਾਨੂੰ ਲੋਣ ਘੱਟ ਲੱਗਾ ਤੇ ਮਸਾਲੇ ਘੱਟ ਲੱਗਾ ਦੇ ਨਾ ਤੋਂ ਹੋਰ ਪਾਈ ਸਕਦੇ ਤੇ ਇਹ ਖਾਂਦਾ ਇਹ ਸੇਪੂ ਬੜੀਆਂ ਬਣਾਣੇ ਤੇ ਹ ਮਿਸ਼ਰਣ ਜਿਹੜਾ ਸੀ ਤਿਆਰ ਹੋਈ ਆ ਕਨੋਂ ਇਸੇ ਦੇਣੀ ਆ ਸਟੀਮ ਤੈਦ ਖ ਸਟੀਮ ਦੇਣੇ ਤੇ ਇੱਕ ਸਟੀਲ ਦਾ ਡੱਬਾ ਲੈ ਲਿਆ ਥੋੜਾ ਮਤਲਬ ਗਹਿਰਾ ਡੱਬਾ ਲੈ ਆ ਕਨ ਇਸੇ ਵਧੀਆ ਕਿ ਗ੍ਰੀਸ ਕਰ ਲਿਆ ਕਨੋਂ ਜੇ ਸੇਪੂ ਬੜੀਆਂ ਬਣਾਣੇ ਤੇ ਹ ਮਿਸ਼ਰਣ ਤਿਆਰ ਕੀਤਾ ਇਸ ਚ ਪਾਈ ਜਾਣਾ ਕਨ ਵਧੀਆ ਕਰੀ ਅਥੇ ਕੰਨ ਇਸੇ ਜਿਹੜਾ ਸੈ ਪਲੇਨ ਕਰੀ ਜਣਾ ਹੈ ਤੇ ਦੇਖਾ ਸੇਪੂ ਬੜੀਆਂ ਮਣਾਣੇ ਦਾ ਜਿਹੜਾ ਮਿਸ਼ਰਣ ਆ ਤਿਆਰ ਕੀਤਾ ਬਧੀ ਕਿ ਸੈੱਟ ਕਰ ਲਿਆ ਕਨੂਨੀ ਸਿਸਟਮ ਦੇਣੀ ਹੈ ਤਾਂ ਇਹ ਦੇਖਾ ਮੁੰਜਾ ਲਈ ਇਹ ਮੋਮੋ ਸਟੈਂਡ ਤੇ ਇਸ 'ਚ ਰੱਖੀਤੀ ਆ ਮੈਂ ਤੇ ਇਸ 'ਚ ਪਾਣੀ ਪਾਈਤੀ ਅਗਨ ਉੱਪਰੇ ਤੇਖਾ ਜਾਲੀ ਵਾਲਾ ਡੱਬਾ ਰੱਖੀਤੀ ਆ ਮੋਮੋ ਸਟੈਂਡ ਦਾ ਕਨੂਨ ਇਸ 'ਚ ਦੇਖਾ ਜਿਹੜੇ ਜਿਸ ਬਰਤਨ ਨੇ ਜਹਾਂ ਸੇਪੂ ਬੜੀਆਂ ਦਾ ਮਿਸ਼ਰਣ ਸੈੱਟ ਕੀਤਾ ਸੈ ਰੱਖੀਏ ਨਾ ਤਾਂ ਤੋਹਾਂ ਲੈ ਜੀਏ ਅਗਰ ਕੋਈ ਗਹਿਰਾ ਬਰਤਨ ਹੈ ਤਾਂ ਤਿਸ 'ਚ ਵੀ ਤੋਹਾਂ ਰੱਖੀ ਸਕਦੇ ਜੀਆਂ ਕੜਾਈ ਗਿਆ ਚ ਰੱਖੀ ਤਾਂ ਥੱਲੇ ਪਾਣੀ ਕਨ ਉੱਪਰ ਜਾਲੀ ਰੱਖੀ ਨਹੀਂ ਕਿਨ ਉੱਪਰ ਡੱਬਾ ਰੱਖੀ ਜਣਾ ਤਾਂ ਵੀ ਵਧੀਆ ਸਟੀਮ ਦਿਉਈ ਜਾਂਦੇ ਕਨ ਤੋਹਾਂ ਇਹ ਜੇ ਸਿਪ ਬੜੀਆਂ ਜੀਆਂ ਹ ਸਟੀਮ ਦੇ ਦੇਣਾ ਤੋਹਾਂ ਇਹਨਾਂ ਜੋ ਪਾਣੀ ਚ ਉਵਾੜੀ ਵੀ ਸਕਦੇ ਤਾਂ ਸਭ ਇੱਕ ਤਰੀਕਾ ਹੈ ਪਰ ਇਹ ਤਰੀਕਾ ਵਿੱਚ ਥੋੜਾ ਆਸਾਨ ਵੀ ਲੱਗਾ ਕਨ ਵਧੀਆ ਵੀ ਲੱਗਾ ਤਾਂ ਬੜੀ ਇਸ ਚ ਜਿਹੜੀਆਂ ਸਿਪ ਬੜੀਆਂ ਨੇ ਤਨੇ ਇਸ ਸਟੀਮ ਦੇਈ ਸਕਦੇ ਆਰਾਮੇ ਨੇ ਤੇ ਦੇਖਾ ਤਾਂ ਲਗਭਗ 15 ਤੇ 20 ਮਿੰਟਾਂ ਹਾਂ ਜੇ ਸਿੱਪ ਬੜੀਆਂ ਦਾ ਮਿਸ਼ਨ ਹੈ ਸਟੀਮ ਦੇ ਲੈਣੀ ਐ ਸਿਓ ਕੰਨ ਫਿਰ ਯਹਾਂ ਚੈੱਕ ਕਰਦੀਆਂ ਬਾਅਦ ਵਿੱਚ ਤੇਲ ਖ ਢੱਕਣ ਲਗਾ ਦਿੱਤਾ ਤੇ ਦੇਖਾ 15 ਤੇ 20 ਮਿੰਟ ਹੋਈਆਂ ਨਾ ਹਾਂ ਹਾਂ ਸਿੱਪ ਬੜੀਆਂ ਦੇ ਮਿਸ਼ਨ ਨੇ ਵਧੀਆ ਕਿਸ ਟੀਮ ਦੇ ਲਈ ਆ ਕੰਨ ਦੇਖਾ ਵਧੀਆ ਸੈੱਟ ਹੋਈ ਹੈ ਬਿਲਕੁਲ ਹੱਥੇ ਚਿਪਕਾਦਾ ਨਹੀਂ ਹੈ ਕਨੇ ਦੇਖਾ ਟੂਥਪਿਕ ਪਾਈ ਕਿ ਦੇਖ ਲਿਆ ਤਾਂ ਇਸ ਤੱਕਾ ਬਿਲਕੁਲ ਚਿਪਕਿਆ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਆਂਦੇ ਸਿੱਪੂ ਬੜੀਆਂ ਦਾ ਮਿਸ਼ਰਣ ਬਿਲਕੁਲ ਤਿਆਰ ਹੋਈ ਆ ਤਾਂ ਇਸੇ ਥੋੜਾ ਦਾ ਠੰਡਾ ਹੋਣਾ ਦੇਣਾ ਫਿਰ ਹਾਂਸ ਦੇ ਪੀਸ ਕੱਟੀ ਲੈਣਨ ਤੇ ਰੱਖਾ ਮਿਸ਼ਰਣ ਜਿਹੜਾ ਸ ਬੜੀਆ ਠੰਡਾ ਹੋਈ ਆ ਕਨੇ ਦੇਖਾ ਚਾਕੂ ਨਾਲ ਇਸ ਦੇ ਚਕੌਰ ਚਕੌਰ ਪੀਸ ਕੱਟੀ ਲੈਣਨ ਤਾਂ ਆਪਣੇ ਸਭ ਸਬ ਸਾਈਜ਼ ਛੋਟਾ ਵੱਡਾ ਪੀਸਾਂ ਦਾ ਰੱਖੀ ਸਕਦੇ ਤੇ ਦੇਖਾ ਕਿਤਨੀ ਆਸਾਨੀ ਨਾਲ ਕਟੋਈ ਆ ਦੇਨ ਪੀਸ ਤੇ ਦੇਖਾ ਸੇਪ ਬੜੀਆਂ ਦੇ ਕਿੰਨੇ ਵਧੀਆ ਪੀਸ ਬਣੀਆਂ ਐ ਨਾ ਇਹ ਦੇਖੀ ਸਕਦੇ ਆ ਤੁਹਾਂ ਜਿਹੜਾ ਹਮੇਸ਼ਣ ਤਿਆਰ ਕਿਤੇ ਆ ਵਧੀਆ ਸਟੀਮ ਦੇ ਦਿੱਤੀ ਥੀ ਕਨੇ ਸਾਰੇ ਮਸਾਲੇ ਦੇਖਾ ਕਿੰਨੇ ਵਧੀਆ ਆਈਆਂ ਨਾ ਧੋਣੇ ਨਾਲ ਜਹਾ ਫਰਾਈ ਕਰਨਾ ਤਾਂ ਹੀ ਸੇਪ ਬੜੀਆਂ ਜਿਹੜੀਆਂ ਨਾ ਹ ਮਹੀਨਾ 2 ਮਹੀਨੇ ਬਾਅਦ ਰੱਖੀ ਸਕਦੇ ਕਨੇ 5 ਤੇ 6 ਮਹੀਨੇ ਆ ਹ ਫ੍ਰਿਜੇ ਚ ਰੱਖੀ ਸਕਦੇ ਤੇ ਦੇਖਾ ਤੇਲ ਗਰਮ ਹੋਈ ਆ ਕਨੇ ਉਹਨੇ ਸੇਪ ਬੜੀਆਂ ਦੇ ਜਿਹੜੇ ਪੀਸ ਹਨ ਸੇ ਪਾਈਏ ਨੇ ਕਨੇ ਲੋ ਤੇ ਮੀਡੀਅਮ ਹੀਟ ਚ ਆਏ ਫਰਾਈ ਕਰ ਲੈਣੇ ਨੇ ਇਹਨੂੰ ਤੇ ਜਾਂਚ ਚ ਨਹੀਂ ਫਰਾਈ ਕਰਦੇ ਹਨ ਕਿ ਨਾ ਵਧੀਆ ਤਾਈ ਇਹ ਜਿਹੜੀਆਂ ਸਿੱਪ ਬੜੀਆਂ ਰੱਖਣੀਆਂ ਵਧੀਆ ਕ੍ਰਿਸਪੀ ਰਹਿਣੀਆਂ ਨਾ ਕਿ ਨਾ ਅੰਦਰ ਤੱਕ ਵਧੀਆ ਫਰਾਈ ਹੋ ਜਾਣੀਆਂ ਨਾ ਤਲਵਗ ਪੰਜ ਤੇ 6 ਮਿੰਟ ਪਲਟੀ-ਪਲਟੀ ਕਰੀ ਵਧੀਆ ਕੀ ਫਰਾਈ ਕਰ ਲੈਣੀਆਂ ਨਾ ਕਿ ਨਾ ਇਹਨਾਂ ਸਿੱਪ ਬੜੀਆਂ ਦੀ ਖਾਸੀਅਤ ਇਹ ਹੈ ਕਿ ਨਾ ਜੋ ਦੁਪਾ ਰੱਖਣੀ ਜ਼ਰੂਰਤ ਨਹੀਂ ਹੁੰਦੀ ਕਿ ਜੀ ਹਾਏ ਫਰਾਈ ਕਰਾ ਦੇਣ ਤੇ ਇਸਨੇ ਵਧੀਆ ਟਿੱਕੀ ਰਹਿਣੀ ਹੈ ਮਤਲਬ ਖਰਾਬ ਨਹੀਂ ਹੁੰਦੀਆਂ ਤੇ ਦੇਖਾ ਪਲਟੀ-ਪਲਟੀ ਕੀ ਬਧੀਏ ਕਿ ਹਾਂ ਸੇਪ ਪੜੀਆਂ ਜਿਹੜੀਆਂ ਅੰਸ ਹੈ ਫਰਾਈ ਕਰ ਲੈਣੀਆਂ ਤੇ ਇਹ ਦੇਖਾ ਸੇਪ ਪੜੀਆਂ ਜੋ ਫਰਾਈ ਕਰਦੇ ਹੋ ਲਗਭਗ 5 ਤੇ 6 ਮਿੰਟ ਹੋ ਜਾਣ ਕਨ ਤੋਹਾਂ ਸੇਪ ਪੜੀਆਂ ਦਾ ਰੰਗ ਦਿਖੀ ਸਕਦੇ ਨੇ ਕਿਤਨਾ ਵਧੀਆ ਆਈ ਹੈ ਕਨ ਵਧੀਆ ਫਰਾਈ ਹੋਈਆਂ ਨੰਦਰਾ ਤੱਕ ਕਨ ਮੈਂ ਗੈਸਾਂ ਦੀ ਫਲੇਮ ਜਿਹੜੀ ਸਲੋਈ ਮੀਡੀਅਮ ਰੱਖੀ ଥିਦੀ ਤੇ ਇਸਦੀ ਫਰਾਈ ਕੀਤੀਆਂ ਨਾ ਤੇ ਇਹ ਦੇਖਾ ਬੜੀਆਂ ਹੰਦੀਆਂ ਇਹ ਸੇਪ ਪੜੀਆਂ ਜਿਹੜੀਆਂ ਸੈ ਫਰਾਈ ਹੋਈਆਂ ਨਾ ਜਿਤਨੀ ਵਧੀਆ ਜਿੰਨੀਆਂ ਫਰਾਈ ਹੋਣਗੀਆਂ ਤਾਂ ਉਤਨੀ ਵਧੀਆ ਮਤਲਬ ਇਹ ਨਾ ਟਿਕਣਾ ਹੈ ਤੈਨ ਦਿਖਾਈਏ ਸਾਰੀ ਸੇਪੂ ਬੜੀਆਂ ਫਰਾਈ ਕਰ ਲੈਣੀਆਂ ਤਾਂ ਤੁਹਾਂ ਜੋ ਸੇਪੂ ਬੜੀਆਂ ਬਣਾਉਣ ਦੀ ਰੈਸਪੀ ਕਦੇ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਣਿਓ ਇਹਨਾਂ ਦਾ ਤੁਹਾਂ ਮਧਰਾ ਬਣਾ ਚਾਏ ਪਾਲਕ ਕਨ ਸੇਪੂ ਬੜੀਆਂ ਦੀ ਸਬਜ਼ੀ ਬਣਾ ਬੜੀ ਸਵਾਦ ਲੱਗਦੀ ਤਾਂ ਕਮੈਂਟ ਕਰਕੇ ਜਰੂਰ ਦੱਸਣਿਓ ਕਿ ਤੁਹਾਂ ਜੇ ਸੇਪੂ ਬੜੀਆਂ ਦੀ ਰੈਸਪੀ ਕਦੇ ਲੱਗੀ ਹੈ ਕਿਨ ਆਪਣਾ ਮਾਜਲੀ YouTube ਚੈਨਲ ਹੈ ਸਬਸਕ੍ਰਾਈਬ ਵੀ ਕਰ ਲੈਣਾ